ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਐਤਮਾਦ ਟੀਵੀ ਤੇ ਮੈਂ ਤੁਹਾਡਾ ਦੋਸਤ ਮਨਜ਼ੂਰ ਅਹਿਮਦ। ਦੋਸਤੋ, ਤੁਹਾਡੇ ਵਾਸਤੇ ਅੱਜ ਲੈ ਕੇ ਆਏ ਹਾਂ ਜਾਨਵਰ, ਐਨ 5-6 ਐਨ, ਬਾਕੀ ਬਾਈ ਨਵਾਜ਼ ਦੇ ਕੋਲ ਪੁੱਛਣੇ ਆ। ਬਾਈ ਨਵਾਜ਼ ਦੀ ਵੀਡੀਓ ਬਣਾਈ ਦੀ ਐਤਵਾਰ ਦੀ, ਬੁੱਧ ਦੀ, ਬਸ ਵਿੱਚੋਂ ਮਿਸ ਵੀ ਹੁੰਦੀ ਰਹੀ ਕੁਛ ਹਾਲਾਤ ਦੇ ਮੱਦੇਨਜ਼ਰ ਰੱਖਦੇ ਹੋਇਆ, ਅਤੇ ਅੱਜ ਬਾਈ ਨਵਾਜ਼ ਦੇ ਕੋਲ ਆਏ ਹਾਂ ਕਿ ਗਾਵਾਂ ਕੁਛ ਅਤੇ ਕੁਛ ਹੈ ਮੇਰੇ ਕਾਲੇ ਵਿੱਚ, ਵੱਛਾ ਵੀ ਹੈ, ਮੱਝਾਂ ਵੀ ਹਨ, ਜੋ ਵੀ ਹੈ ਬਾਈ ਨਵਾਜ਼ ਦੇ ਕੋਲ ਪੁੱਛਣੇ, ਜੋ ਚੀਜ਼ ਵੀ ਹੈ ਬਾਈ ਨਵਾਜ਼ ਆਪਣਾ ਦੱਸੋ, ਕਿੰਨੇ ਜਾਨਵਰ ਹਨ ਟੋਟਲ? ਬਾਈ ਸਭ ਤੋਂ ਪਹਿਲੇ ਤਾਂ ਅਸਲਾਮ ਅਲੈਕੁਮ ਦੂਸਰੇ ਲੰਬਾ ਤੇ ਬਾਈ, ਤੇ ਜਿਹੜੇ ਦੋਸਤ ਕਰੋਨਾ ਵਾਇਰਸ ਤੋਂ ਡਰੇ ਹੋ ਨੇ, ਆਪਾਂ ਸੋਹਣੇ ਨਬੀ ਦੀ ਉਮਤ ਹੈ, ਆਪਾਂ ਨੂੰ ਡਰਨਾ ਨਹੀਂ ਚਾਹੀਦਾ। ਅੱਛਾ, ਦੂਸਰੇ ਲੰਬਾ ਤੇ ਜੀ, ਡੰਗਰਾਂ ਦੇ ਬਾਰੇ ਬਾਈ ਮਨਜ਼ੂਰ ਪੁੱਛਿਆ ਗਿਆ। ਇੱਕ ਆਪਣੇ ਕੋਲ ਸਭ ਤੋਂ ਪਹਿਲੇ ਟਰੈਕਟਰ ਹੈ ਗਿਆ, ਉਸ ਤੋਂ ਬਾਅਦ ਦੋ ਮੱਝਾਂ ਹੈਗੀਆਂ, ਅਤੇ ਦੋ ਗਾਵਾਂ ਨੇ, ਅਤੇ ਦੋ ਹੀ ਬੱਚੇ ਨੇ, ਨਾਲ ਦੋ ਬੱਕਰੀਆਂ ਵੀ ਹਨ, ਕਿਉਂਕਿ ਕੋਈ ਲੋਕ ਜਿਹੜੇ ਨੇ ਉਹ ਮਤਲਬ ਦੋਸਤਾਂ ਦੀ ਡਿਮਾਂਡ ਆਈ ਵੀ ਨਾਲ ਸਾਨੂੰ ਛੋਟੀਆਂ ਬੱਕਰੀਆਂ ਵੀ ਚਾਹੀਦੀਆਂ ਨੇ, ਉਹ ਬੱਕਰੀਆਂ ਵੀ ਹਨ ਜੀ ਨਾਲ, ਤੇ ਬੱਚੇ ਵੀ ਹਨ ਸੇਲ ਵਾਸਤੇ ਤੋਂ। ਹਾਂਜੀ, ਸਾਰੇ ਉਹਦੀ ਇੱਕ ਅਲੱਦਾ ਅਲੱਦਾ ਵੀਡੀਓ ਬਣਾਵਾਂਗੇ ਉਹਦੀ ਇੱਕ ਅਲੱਦਾ। ਠੀਕ ਹੈ ਦੋਸਤੋ, ਪਹਿਲੇ ਹੁਣ ਤੁਹਾਨੂੰ ਦਿਖਾ ਰਹੇ ਹਾਂ ਗਾਵਾਂ, ਫਿਰ ਦਿਖਾਵਾਂਗੇ ਤਰਤੀਬ ਵਾਈਜ਼ ਨਾਲ ਇਨਸ਼ਾਅੱਲਾ ਵੱਛੇ, ਮੱਝਾਂ, ਫਿਰ ਉਹ ਬੱਕਰੀਆਂ ਵੀ, ਜੋ ਚੀਜ਼ ਵੀ ਹੈ ਟਰੈਕਟਰ ਦੀ ਅਲੱਦਾ, ਟਰੈਕਟਰ ਦੀ ਅਲੱਦਾ ਵੀਡੀਓ ਬਣੇਗੀ, ਉਹ ਫਿਰ ਜਾਨਵਰਾਂ ਨਾਲ ਮਿਕਸ ਨਹੀਂ ਕਰਨੀ ਉਹ ਇਨਸ਼ਾਅੱਲਾ। ਅਗਰ ਕੋਈ ਗਾਜ਼ੀ ਟਰੈਕਟਰ ਹੈ, ਚਲੋ ਇਹਦੇ ਵਿੱਚ ਥੋੜ੍ਹਾ ਜਿਹਾ ਦੱਸ ਦਿੰਦਾ, ਗਾਜ਼ੀ ਟਰੈਕਟਰ ਹੈ, ਸੱਤ ਮਾਡਲ ਹੈ, ਬਾਕੀ ਉਹਦੀ ਡਿਟੇਲ ਤੁਹਾਨੂੰ ਵੀਡੀਓ ਦਾ ਲਿੰਕ ਵੀ ਮਿਲ ਜਾਏਗਾ ਸਾਰਾ ਕੁਝ। ਚਾਬੀ ਨਹੀਂ ਲੱਗੀ ਹੋਈ, ਕਿਦੋਂ ਲੀਕ ਨਹੀਂ ਹੈ? ਦੋਸਤੋ ਪਹਿਲੇ ਨੰਬਰ 'ਤੇ ਗਾਂ ਦਿਖਾ ਰਹੇ ਹੋ, ਗਾਂ ਦੇ ਨਾਲ ਨਾਲ ਬਾਈ ਨਵਾਜ਼ ਇਹਦੀ ਡਿਟੇਲ ਦੇਵੋ। ਇਹ ਜੀ ਮੂੰਹ ਵਿੱਚੋਂ ਦੁੰਦੀ ਹੈਗੀ, ਮੂੰਹ ਦੁੰਦੀ ਹੈ, ਆਸਟ੍ਰੇਲੀਆ ਫਰੀਜ਼ਨ ਕ੍ਰਾਸ ਹੈ, ਕ੍ਰਾਸ ਹੈ ਜੀ। ਤਸੱਲੀ ਨਾਲ ਮੂੰਹ ਵਿਖਾ ਪਹਿਲੇ, ਕਨਫਰਮ ਕਰੋ, ਤਸੱਲੀ ਨਾਲ ਵਿਖਾਓ, ਮੂੰਹ ਦੁੰਦੀ ਹੈ ਦੋਸਤੋ, ਫਰੀਜ਼ਨ ਦਾ ਕ੍ਰਾਸ ਹੈ, ਪਹਿਲਾ ਸੂਆ ਸੂਈ ਹੈ। ਹਾਂਜੀ, ਪਹਿਲਾ ਸੂਆ ਸੂਈ ਹੈ, ਮੂੰਹ ਚ ਦੁੰਦੀ ਹੈ, ਥਾਂ ਤੇ ਵਿਰਲ ਗੇਟ ਗੇਟ, ਪਹਿਲਾ ਸੂਆ ਸੂਈ ਹੋਈ ਹੈ ਦੋਸਤੋ, ਤੇ ਸੂਈ ਨੂੰ ਅੱਜ ਕਿੰਨੇ ਦਿਨ ਹੋ ਗਏ ਨੇ ਬਾਈ ਨਵਾਜ਼? ਬਾਈ ਜਾਨ 2 ਦਿਨ ਹੋ ਗਏ ਨੇ, ਅੱਜ 2 ਦਿਨ ਸੂਈ ਨੂੰ ਹੋ ਗਏ ਨੇ, ਥੱਲੇ ਇਹਦੇ ਬੱਚਾ ਜੀ, ਬੱਚਾ ਥੱਲੇ ਹੈ, ਪਹਿਲਾ ਸੂਆ ਸੂਈ ਹੈ, ਮੂੰਹ ਦੁੰਦੀ ਹੈ ਗਾਂ, ਬਾਕੀ ਤੁਸੀਂ ਖੁਦ ਦੇਖ ਰਹੇ ਹੋ, ਤੋੜ ਕੇ ਦਿਖਾਵੋ, ਮਾਸ਼ਾਅੱਲਾ ਲਿਬਾਸ ਬੜਾ ਸੋਹਣਾ ਬਣਾਇਆ ਹੋਇਆ ਸੀ। ਅੱਛਾ, ਇਹਦਾ ਸਰ ਜਿਹੜਾ ਪਹਿਲਾ ਬੋਲਾ ਕੱਢਿਆ ਸੀ ਉਹ 18 ਲੀਟਰ ਕੱਢਿਆ ਸੀ, ਹੁਣ ਇਸ ਟਾਈਮ ਜੀ 16 ਲੀਟਰ ਦੇ ਰਹੀ ਹੈ, 2 ਟਾਈਮ ਅਸੀਂ ਚੁਆ ਕੇ ਦੇਵਾਂਗੇ ਤਸੱਲੀ ਨਾਲ। ਇੱਕ ਦਿਨ ਦਾ 2 ਟਾਈਮ ਦਾ ਮੁਕੰਮਲ ਦੁੱਧ 16 ਕਿਲੋ ਇਹਦੇ ਥੱਲੇ ਦੋਸਤੋ ਹੈ ਜੇ, 1 ਟਾਈਮ ਦਾ 8 ਕਿਲੋ ਅਤੇ ਦੋਨਾਂ ਟਾਈਮਾਂ ਦਾ 16 ਕਿਲੋ ਇਹਦੇ ਥੱਲੇ, 2 ਦਿਨਾਂ ਦੀ ਸੂਈ ਹੋਈ ਹੈ ਹਾਲੇ ਤੱਕ ਜੀ, 2 ਦਿਨ ਦੀ ਸੂਈ ਜੇ, ਬਾਕੀ ਇਨਸ਼ਾਅੱਲਾ ਤੁਸੀਂ ਵੀ ਇਸ ਚੀਜ਼ ਨੂੰ ਸਮਝਦੇ ਹੋ, ਫਿਰ ਤਾਂ ਮਿਹਨਤ ਕੀਤੀ, ਬਾਈ ਜਾਨ ਮਿਹਨਤ ਕੀਤੀ ਨਾਲ ਦੂਸਰੇ ਲੰਬਰ ਤੇ ਗਾਈ ਅੱਛੀ, ਨਸਲ ਅੱਛੀ, ਸਾਰਾ ਕੁਝ ਅੱਛਾ, ਸੋਹਣਾ ਕਲਰ ਇਸ ਦੋਸਤੋ, ਥੋੜਾ ਜਿਹੜਾ ਨਾ ਥਣ ਵੀ ਸੋਹਣਾ ਲੱਗਿਆ, ਵਿਰਲ ਥਣ ਦੀ ਸੋਹਣੀ ਮੁੱਠੀ ਭਰ ਜਿਹੜਾ ਨਾ ਥਣ ਹੁੰਦਾ ਨਾ ਗਾਵਾਂ ਦਾ, ਛੋਟਾ ਥਣ, ਛੋਟਾ ਨਹੀਂ ਹੈ ਮਾਸ਼ਾਅੱਲਾ, ਠੀਕ ਮੋਟਾ ਥਣ ਇਸ ਹੋ ਗਿਆ, ਕਲਰ ਬੜਾ ਸੋਹਣਾ ਥੱਲੇ, ਵੱਛਾ ਬੜਾ ਖੂਬਸੂਰਤ ਹੈ, ਵੱਛੇ ਦੇ ਵਿੱਚ ਸਹੀਵਾਲ ਦਾ ਕ੍ਰਾਸ ਹੈ, ਨਾੜੂ ਵੱਛੇ ਦੇ ਥੱਲੇ ਉਵੇਂ ਹੀ ਹੈ ਜੀ, ਤੇ ਇਹਦੀ ਬਾਈ ਨਾ ਨਵਾਜ਼ ਡਿਮਾਂਡ ਨਾਲ ਨਾਲ ਬਿਲਕੁਲ ਕਲੀਅਰ ਕੱਟ ਦੱਸ ਦਿਆ ਆਪਣਾ, ਕਲੀਅਰ ਜੀ ਜਿਹੜਾ ਲੈ ਲੈਣਾ, ਕਿਉਂਕਿ ਉਹਦੇ ਵਿੱਚ ਛੱਡ ਕੋਈ ਤੇ ਕੀਮਤ ਵੀ ਇੱਕਾ ਹੀ ਬਤਾਉਣੀ, ਦੂਸਰੀ ਆਪਾਂ ਛੱਡ ਛਡਾਵਣ ਵਾਲੀ ਆਪਣੀ ਹੋਣੀ ਵੀ ਕਾਇਮ, ਕਿਉਂਕਿ ਅੱਜ ਜਾਨਵਰ ਜ਼ਿਆਦਾ ਹਨ, ਵੀਡੀਓ ਜ਼ਿਆਦਾ ਲੰਬੀ ਨਹੀਂ ਕਰਨੀ ਜੀ। ਇਹਦੀ ਬਾਈ 2 ਲੱਖ ਤੇ 15 ਹਜ਼ਾਰ ਰੁਪਇਆ ਫਾਈਨਲ ਰੇਟ ਹੈ, 2 ਲੱਖ ਤੇ 15 ਹਜ਼ਾਰ ਰੁਪਇਆ ਫਾਈਨਲ ਰੇਟ, 2 ਲੱਖ 15 ਹਜ਼ਾਰ ਰੁਪਇਆ ਦੋਸਤੋ ਇਹਦੀ ਕੀਮਤ, ਜੇ ਥੱਲੇ ਵੱਛਾ ਹੈ ਫਿਰ ਵੀ ਡਿਟੇਲ ਦੇ ਦਿੰਦੇ ਹਾਂ, ਪਹਿਲਾਂ ਸੂਆ ਸੂਈ ਹੈ, ਅੱਛਾ ਜੀ ਮੈਂ ਭਾਵੇਂ ਥੱਲੇ ਸਾਰੇ ਬੈਠੇ ਰਹੋ, ਅਸੀਲ ਥੋੜੀ ਦਿਖਾ ਦੇਵੋ, ਹੱਥ ਲਾ ਕੇ ਨਾ, ਅਸੀਲ ਸਭ ਦੋਸਤੋ ਤੁਸੀਂ ਖੁਦ ਦੇਖ ਰਹੇ ਹੋ, ਬੱਚਾ ਨੂੰ ਉੱਧਰ ਲੈ ਕੇ ਵਗ ਗਿਆ, ਵੇਖ ਲਓ ਬਾਈ ਜਾਨ, ਅਸੀਲ ਸ਼ਰਾਫ, ਠੀਕ ਇਹਨੂੰ ਲੈ ਚਲੋ ਬੰਨੋ, 2-15 ਦੇ ਵਿੱਚੋਂ 100 ਵੀ ਨਹੀਂ ਬਾਈ ਜਾਨ ਛੱਡਣਾ, ਚਲੋ ਦੋਸਤੋ ਬਾਕੀ ਜਿਹੜਾ ਨਾ ਇਨਸ਼ਾਅੱਲਾ ਅਗਰ ਕਿਸੇ ਨੂੰ ਪਸੰਦ ਆਉਂਦੀ ਤਾਂ ਮਜ਼ੀਦ ਮੇਰੀ ਕੋਸ਼ਿਸ਼ ਤਾਂ ਫਿਰ ਵੀ ਹੋਏਗੀ ਕਿ ਜਿੰਨਾ ਹੋ ਸਕੇ ਇਹਦੇ ਨਾਲ ਪਿਆਰ ਮੁਹੱਬਤ ਕਰਵਾਈਏ, ਲੈ ਚਲੋ ਦਿਖਾਉਂਦੇ ਚਲੋ, ਅਤੇ ਨਾਲ ਫਿਰ ਦੂਸਰੇ ਨੰਬਰ 'ਤੇ ਗਾਂ ਲਾਇਆ ਹੋ ਜੀ, ਦੂਸਰੇ ਨੰਬਰ 'ਤੇ ਦੋਸਤੋ ਗਾਂ ਦੇਖ ਰਹੇ ਹੋ, ਸਾਈਵਾਲ ਕ੍ਰਾਸ ਜੇ ਆਸਟ੍ਰੇਲੀਆ ਦਾ, ਇਹਦੇ ਵਿੱਚ ਤੇ ਤਿਆਰ ਗਾਂ ਹੈ, ਕਿੰਨੇ ਦਿਨ ਲੈਂਦੀ ਹੈ ਇਹ? ਤਕਰੀਬਨ ਜੀ 5 ਤੋਂ 6 ਦਿਨ ਲਾ ਜਾਂਦੀ, ਤੇ ਬਾਕੀ ਅਸੀਲ ਤੇ ਸਹੂ ਇਹ ਕਿੰਨਵਾ ਸੁਆ ਸੋਹਣਾ ਸੀ ਜਿਹੜੀ ਗੱਲ, ਪਹਿਲਾ 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 ਸੁਆ ਦੋਸਤੋ ਸੋਹਣਾ, ਪਹਿਲਾਂ ਵੱਛੀ ਜਿਹਨੂੰ ਆਪਾਂ ਬੋਲਦੇ ਮਾਸ਼ਾਅੱਲਾ, ਮੂੰਹ ਦੇਖ ਲਵੋ ਖੁਦ, ਮੂੰਹ ਦੁੰਦੀ ਜੇ, ਤੇ ਸਿਰ ਮਤਲਬ ਕਿ ਮੋਢੀ ਜਿਹਨੂੰ ਕਹਿੰਦੇ ਗੋਨੀ ਹੈ, ਕੋਈ ਨਹੀਂ ਸਿੰਘ ਇਸੂ ਬਿਲਕੁਲ ਨਹੀਂ, ਤੇ ਬਾਕੀ ਕਲਰ ਤੁਹਾਡੇ ਸਾਹਮਣੇ ਮਾਸ਼ਾਅੱਲਾ ਤਿਆਰ ਹੈ, ਅਜੇ 5-6 ਦਿਨ ਲੈਂਦੀ ਹੈ, ਅਤੇ ਉਮੀਦ ਹੈ ਇਨਸ਼ਾਅੱਲਾ ਨਾ ਲਿਬਾਸ ਅੱਛਾ ਖਾਸਾ ਹੋਰ ਵੀ ਥੱਲੋਂ ਬਣਾਏਗੀ, ਬਾਕੀ ਮਾਸ਼ਾਅੱਲਾ ਜਿਹੜਾ ਖਾਦ ਵੀ ਸੋਹਣਾ ਇਸੂ, ਵੇਲ ਵੀ ਸੋਹਣੀ ਇਸੂ, ਤੇ ਅਸੀਲਾਤ ਬਾਈ ਜਾਨ ਬਹੁਤ ਅੱਛੀ ਸੀ, ਸੋ ਦੇਖ ਲਵੋ ਹੱਥ ਲਗਾ ਕੇ ਦੇਖ ਲਵੋ, ਵੇਖੋ ਨਾ ਦਿਖਾਓ ਨਾ ਥੋੜੀ ਜੀ ਇਹਦੀ ਕੀ ਡਿਮਾਂਡ ਹੈ ਹੁਣ। ਅੱਛਾ
ਇਹਦੀ ਬਾਈਜਾਨ ਜਿਹੜੀ ਲਾ ਲੈਣੀ ਹੈ ਕਿ ਫਾਈਨਲ ਰੇਟ 1,55,000 ਰੁਪਈਆ। 1,55,000 ਰੁਪਈਆ ਦੋਸਤੋ ਇਹਦੀ ਕੀਮਤ, ਬਾਕੀ ਇਨਸ਼ਾਅੱਲਾ ਮੇਰੀ ਤਾਂ ਕੋਸ਼ਿਸ਼ ਫਿਰ ਵੀ ਹੋਏਗੀ। ਅੱਜ ਜ਼ਿਆਦਾ ਬਹਿਸ ਨਹੀਂ ਇਹਨਾਂ ਨਾਲ ਕਰ ਰਿਹਾ, ਪਹਿਲਾਂ ਹੀ ਗੱਲ ਕੀਤੀ ਕਿ ਜਾਨਵਰ ਜ਼ਿਆਦਾ ਹੋਣੇ ਅਤੇ ਜ਼ਿਆਦਾ ਜਿਹੜਾ ਨਾ ਬਹਿਸ ਨਹੀਂ ਕਰਨੀ ਕਿ ਛੱਡ ਛਡਾਓ ਕੀਤੀ ਰੱਖੀਏ, ਉਹ ਕਰਦਾ ਤਾਂ ਮੈਂ ਹੁਣ ਨਾ ਦੋਸਤੋ ਤੁਹਾਨੂੰ ਪਤਾ ਹੀ ਹੈ, ਲੇਕਿਨ ਇਹ ਵੀਡੀਓ ਲੰਬੀ ਜ਼ਿਆਦਾ ਹੋ ਜਾਏਗੀ। ਬਾਕੀ ਖੂਬਸੂਰਤੀ ਵੇਖੋ, ਵੇਟ ਵੇਖੋ ਬਾਈ ਜਾਨ, ਵੇਟ ਕਿੰਨਾ ਸੁ ਗਿਆ, ਸਿਹਤਮੰਦ ਗਾਂ। ਹਾਂਜੀ ਸਿਹਤਮੰਦ ਹੋ, ਹਾਲਾਂਕਿ ਬੱਚੀ ਦਾ ਦੋ ਵੀ ਮੰਗ ਲਵਿੰਦਾ ਤੇ ਮੂੰਹ ਤੇ ਪਾਉਂਦਾ ਸੀ। ਇਸ ਬਾਅਦ ਦੋ ਮੱਝਾਂ ਦਿਖਾਉਂਦੇ, ਫਿਰ ਦੋ ਵੱਛੇ ਦਿਖਾਵਾਂਗੇ। ਅੱਗੋਂ ਲੈ ਆਓ ਜੀ ਮੱਝ ਦੋਸਤੋ, ਪਹਿਲੇ ਨੰਬਰ 'ਤੇ ਮੱਝ ਦਿਖਾ ਰਹੇ, ਪਹਿਲੇ ਗਾਵਾਂ ਦਿਖਾਈਆਂ, ਮੱਝ ਦਿਖਾ ਰਹੇ। ਦੂਸਰਾ ਸੂਆ ਮੱਝ ਸੂਈ ਹੋਈ ਜੇ, ਥੱਲੇ ਇਹਦੇ ਕੱਟਾ ਅਤੇ ਕੱਲ੍ਹ ਸੂਈ ਹੈ, ਅੱਜ ਮਤਲਬ ਇੱਕ ਦਿਨ ਇਹਨੂੰ ਸੂਈ ਨੂੰ ਹੋ ਗਿਆ, ਕੱਲ੍ਹ ਸੂਈ ਮਾਸ਼ਾਅੱਲਾ ਸੋਹਣੀ ਮੱਝ। 18 ਤਰੀਕ ਸੀਗੀ ਇਹ, ਕੱਲ੍ਹ 18 ਤਰੀਕ ਦੇ ਦੁਪਹਿਰ ਤਕਰੀਬਨ 4 ਵਜੇ ਸੂਈ। ਪੁੱਠਾ ਦੋਸਤਾਂ ਨੂੰ ਦਿਖਾ ਦਿਓ ਮੱਝ ਦਾ, ਮਾਸ਼ਾਅੱਲਾ, ਬਾਕੀ ਖੁਦ ਹੀ ਦੇਖ ਰਹੇ ਹਨ। ਪਿਓਰ ਨੀਲੀ ਬਾਈ ਜਾਨ, ਜਿਹੜੇ ਦੋਸਤ ਕਹਿੰਦੇ ਨੇ ਨੀਲੀ ਦੀ, ਪਿਓਰ ਨੀਲੀ ਬਾਈ ਜਾਨ। ਤੇ ਇਹਦਾ ਆਪਣਾ ਨਵਾਜ਼ ਬਾਈ ਕਿੰਨਾ ਜਿਹੜਾ ਬੋਲਾ ਚੋਇਆ ਜਾਂ ਕਨਫਰਮ ਕੱਟੇ ਨੂੰ ਛੱਡ ਕੇ ਤੇ ਬਾਈ 12 ਕਿਲੋ ਚੋਇਆ ਹੈ, 12 ਲੀਟਰ ਇਹਦੇ ਥੱਲੇ ਬੋਲਾ ਤੁਸੀਂ ਚੁਆਈ ਕੀਤਾ। ਹਾਂਜੀ, ਤੇ ਇਸ ਟਾਈਮ ਜਿਹੜਾ ਮਤਲਬ ਅੱਜ ਦੂਸਰੀ ਚੁਆਈ ਕੀਤੀ ਜਾਂ ਕਿ ਤੀਸਰੀ ਕੀਤੀ? ਦੂਸਰੀ ਬਾਈ ਕੀਤੀ ਹੈਗੀ, ਸਵੇਰ ਦੇ ਟਾਈਮ ਤੇ ਹੁਣ ਸ਼ਾਮ ਦੇ ਟਾਈਮ ਜਿਹੜੀ ਚੁਆਈ ਉਹ ਕਰਨੀ ਹੈਗੀ। ਕੱਟਾ ਵੀ ਨਾਲ ਦਿਖਾਓ। ਦੂਸਰੀ ਚੁਆਈ ਕੀਤੀ ਉਹ ਬਾਈ ਤਕਰੀਬਨ 5 ਕਿਲੋ ਜਿਹੜਾ ਸੀ ਚੋਇਆ, ਹਾਲਾਂਕਿ ਬੋਲੀ ਉਹ ਸੀ ਕੱਚਾ ਨਾੜੂ ਉਵੇਂ। ਬਾਕੀ ਮਾਜ ਦੇ ਥਾਣ ਵਗੈਰਾ ਦਿਖਾ ਦਵੋ, ਇਹਦੀ ਕੀ ਡਿਮਾਂਡ ਹੈ ਨਵਾਜ਼ ਬਾਈ? ਇਹਦੀ ਬਾਈ ਜਿਹੜੀ ਅਸੀਂ ਲਾ ਲੈਣੀ ਹੈ 3 ਲੱਖ ਤੋਂ ਕੰਮ 1 ਰੁਪਈਆ ਨਹੀਂ ਆਉਣਾ ਜੀ। 3 ਲੱਖ ਰੁਪਈਆ ਇਹ ਕੁਛ ਥੋੜੀ ਜੀ ਜ਼ਿਆਦਾ ਨਹੀਂ ਹੈ? ਨਹੀਂ ਸਰ, ਜ਼ਿਆਦਾ ਨਹੀਂ ਹੈ ਕਿ ਇੱਥੇ ਡਿਮਾਂਡ ਲੱਗ ਰਹੀ ਹੈ ਸਾਡੇ ਕੋਲ। ਅੱਗੇ ਨਹੀਂ ਬੋਲਿਆ ਕਿਉਂਕਿ ਮੈਨੂੰ ਥੋੜੇ ਜਿਹੇ ਦੇ ਵਿੱਚ ਅੱਗੋਂ ਬੱਚੇ ਨੂੰ ਪਰਾ ਕਰ ਲਿਆ ਜੀ। ਬਾਈ ਜਾਨ ਇਹਦੀ ਕੀਮਤ ਲੱਗ ਰਹੀ, ਚਲੋ 10,000 ਹੋਰ ਛੋੜ ਦੇਵਾਂਗੇ, 2,90,000 ਦੀ ਫਾਈਨਲ ਹੋ ਗਈ। 2,90,000 ਦੀ ਹਾਂਜੀ ਫਾਈਨਲ। ਕੋਈ ਹੋਰ ਇਹਦੇ ਵਿੱਚ ਗੁੰਜਾਇਸ਼? ਨਹੀਂ ਸਰ, ਕੋਈ ਨਹੀਂ। ਪਿਓਰ ਨੀਲੀ ਤੇ ਮਾਝ ਵੇਖੋ ਨਾ ਬਈ ਹੈ ਕਿਹੜੀ, ਇਹਦਾ ਸੂਆ ਚੋ ਕੇ ਵੀ ਦੀ ਵੇ ਨਾ ਤੇ ਹੋਰ ਵੀ ਇਹ ਬਾਈ ਜਾਨ 1,40 ਦੀ 45 ਦੀ ਤਾਂ ਫਿਰ ਵੀ ਹੈ ਢਾ ਲਿਆ ਕੱਚੇ ਤੋਂ ਲਾਮੇ। ਬਾਕੀ ਦੋਸਤੋ ਡਿਟੇਲ ਤੁਹਾਨੂੰ ਸਾਰੀ ਮਿਲ ਗਈ, 2,90,000 ਕਹਿ ਰਹੇ, ਇਨਸ਼ਾਅੱਲਾ ਫਿਰ ਵੀ ਕੋਸ਼ਿਸ਼ ਕਰਾਂਗੇ ਜਿਤਨਾ ਹੋ ਸਕਿਆ ਕੰਮ ਕਰਵਾਈਏ। ਲੈ ਚਲੋ ਇਹਨੂੰ ਤੇ ਅੱਗੋ ਮਾਈ ਨੰਬਰ 2 ਫਿਰ ਉੱਥੇ ਜਾ ਕੇ ਇਹਨੂੰ ਦਿਖਾ ਕੇ ਠੀਕ ਹੈ, ਲੈ ਆਵੋ ਗੇ ਮਾਜ ਨੰਬਰ 2। ਦੂਸਰੇ ਨੰਬਰ 'ਤੇ ਜੋਟੀ ਦਿਖਾ ਰਹੇ, ਪਹਿਲਾਂ ਜੋਟੀ ਹੈ ਤਿਆਰ, ਜੋਟੀ ਹੈ ਲੈਂਦੀ ਹੈ ਜਿਵੇਂ ਕੋਈ 3-4 ਦਿਨ ਲੈ ਜਾਏਗੀ। ਬਾਕੀ ਆ ਮਾਸ਼ਾਅੱਲਾ ਤੁਸੀਂ ਖੁਦ ਦੇਖ ਰਹੇ ਹੋ, ਸਿੰਗੀ ਨਿੱਕੀ ਛੋਟੀ ਛੋਟੀ ਸਿੰਗੀ ਇਸ ਹੋ ਗਈ, ਅੱਖਾਂ ਕਾਲੀਆਂ, ਬੂਟੀ ਪਤਲੀ ਹੈ। ਬਾਕੀ ਇਹਦੀ ਡਿਟੇਲ ਅਜੇ ਤੀਕਰ ਕਰਦਾ ਤੁਹਾਡੇ ਸਾਹਮਣੇ ਹੀ ਹੈ, ਮਤਲਬ ਕਿ ਪਹਿਲਾਂ ਸੁਬਹਾ ਸੋਣਾ ਸੋਣ ਵਾਸਤੇ ਤਿਆਰ ਹੈ, ਕੋਈ 4 ਤੋਂ 5 ਦਿਨ ਲੈ ਜਾਏਗੀ ਹੈ। ਇਹ ਬਾਈ ਨਵਾਜ਼ ਦਾ ਥੱਲੇ ਨੇ ਹਵਾ ਬਣਾਈ ਹੋਈ ਹੈ, ਹਵਾ ਬਣਾਈ ਹੋਈ ਮੇਰਾ ਬਾਈ ਜਾਨ, ਅਤੇ ਪੋਲੇ ਚੱਡੇ ਦੀ ਮੱਝ ਹੈ ਤਕਰੀਬਨ ਬਰੀਕ ਦੀ, ਆਹ ਵੇਖੋ ਨਾ, ਸਾਰ ਦੇ ਚੱਡੇ ਦੇ ਨਾਲ ਲਾਇਆ ਜਾਏਗੀ, ਸਾਰ ਦੇ ਦੁਨੀ ਦੇ ਨਾਲ ਲਾਇਆ ਜਾਏਗੀ। ਲਿਬਾਸ ਬੋਲਿਆ ਕਰੋ, ਇਹ ਲਫ਼ਜ਼ ਅੱਛਾ ਨਹੀਂ ਹੈ, ਅਕਸਰ ਦੋਸਤ ਆਖਦੇ ਹੁੰਦੇ ਨੇ। ਅਤੇ ਬਾਕੀ ਆਪਣਾ ਕੋਈ ਥਣਾ ਇਹਨੂੰ ਫਾਲਟ ਵਗੈਰਾ ਤਾਂ ਨਹੀਂ ਹੈ? ਸਾਰੋਂ ਦੀ ਪਾਸਦਾਰੀ ਮੇਰੀ ਹੋਏਗੀ। ਠੀਕ ਹੋ ਗਿਆ ਜੀ। ਹਾਂਜੀ, ਜਿਹੜਾ ਦੋਸਤ ਖਰੀਦਦਾ ਹੈ ਅਗਰ ਥਾਣੇ ਕੋਈ ਵਕਤੀ ਜੋਟੀ ਦੀ ਮੋੜ ਵਾਸਤੇ ਵੀ ਕਿਸੇ ਵਕਤੀ ਦੇ ਥਾਣੇ 'ਚ ਕੋਈ ਪ੍ਰੋਬਲਮ ਹੋਵੇ, ਉਹਦੀ ਪਾਸਦਾਰੀ ਮਰੀ ਹੋਏਗੀ। ਇਹਦੀ ਕਿੰਨੀ ਕੀਮਤ ਨੇ ਜੀ? ਇਹਦੀ ਕੀਮਤ ਜੀ 1,80,000 ਫਾਈਨਲ ਹੈ ਜੀ। 1,80,000? ਹਾਂਜੀ। ਇਹਦੇ ਵਿੱਚ ਕੋਈ ਗੁੰਜਾਇਸ਼? ਕੋਈ ਨਾ ਬਾਈ ਜੀ, ਫਾਈਨਲ ਰੇਟ ਪੱਕਾ ਤੁਹਾਨੂੰ ਦੱਸਿਆ ਵੀ ਸ਼ਾਮ ਦਾ ਟਾਈਮ ਹੈ, ਆਪਾਂ ਵੀਡੀਓ ਆਪ ਕਿਉਂਕਿ ਲੰਮੀ ਨਹੀਂ ਕਰਨੀ ਗਈ। ਬਿਲਕੁਲ ਸੋਹਣਾ ਥਣ ਲੱਗਿਆ ਹੋਇਆ ਹਰ ਪਾਸੋਂ, ਮਜੀਦ ਸੋਹਣੀ ਹੈ, ਪਿੱਛੋਂ ਸੋਹਣੀ ਹੈ, ਮਤਲਬ ਇਹ ਲਿਬਾਸ ਬਹੁਤ ਅੱਛਾ ਸੋ, ਸਿੰਘੀ ਨਿੱਕੀ ਸੋ। ਆਹ ਵੇਖੋ ਨਾ ਬਾਈ, ਮੋਠ ਦਿੱਤਾ ਸਿੰਘ ਲੁਕਦਾ ਪਿਆ, ਵੇਖੋ ਅੰਦਰ ਦੇਖ। ਆਹ ਇਧਰ ਮੇਰੇ ਥਾ ਨਾ ਕੈਮਰਾਮੈਨ ਸਾਹਿਬ ਇਹਦੇ ਵਿਖਿਆ ਹੈ, ਦੇਖ ਰਹੇ ਜੀ, ਦੇਖ ਰਹੇ। ਠੀਕ ਹੈ, ਲੈ ਚਲੋ। ਆਹ ਸਰ ਵੇਖੋ,
ਇਸ ਤੋਂ ਬਾਅਦ ਲੈ ਆਓ ਆਪਣੇ ਵੱਛੇ ਜਿਹੜੇ ਤੁਹਾਡੇ ਕੋਲ ਦੋਸਤੋ, ਦੋ ਵੱਛੇ ਨੇ ਉਹ ਵੀ ਤੁਹਾਨੂੰ ਨਾਲ ਹੀ ਦਿਖਾ ਦਿੰਦੇ ਦੋਸਤੋ। ਗਾਵਾਂ ਮੱਝਾਂ ਦਿਖਾ ਲਿਆ, ਹੁਣ ਤੁਹਾਡੀ ਸ਼ੌਕ ਤੇ ਤੁਹਾਡੀ ਡਿਮਾਂਡ ਦੇ ਮੁਤਾਬਿਕ ਲੈ ਕੇ ਆਏ ਹਾਂ। ਵੱਛੇ ਕੁਰਬਾਨੀ ਵਾਸਤੇ ਵੀ ਹਨ ਤੇ ਵੈਸੇ ਸ਼ੌਕੀਆ ਵੀ ਹਨ। ਸਾਹੀਵਾਲ ਨਸਲ ਦਾ ਵੱਛਾ, ਪਿਓਰ ਸਾਹੀਵਾਲ ਦਾ। ਅਗਰ ਕੋਈ ਦੋਸਤ ਕੁਰਬਾਨੀ ਵਾਸਤੇ ਲੈਣਾ ਚਾਹੇ ਤਾਂ ਕੁਰਬਾਨੀ ਤੇ ਵੀ ਲੱਗਦਾ, ਮੂੰਹ ਦੂੰਦਾ ਹੋਣ ਵਾਲਾ, ਮਤਲਬ ਕਿ ਕੁਰਬਾਨ ਚੌਗਾ ਹੋਣ ਵਾਲਾ, ਸੋਰੀ, ਚੌਗ ਦੇ ਦੰਦ ਕੱਢਣ ਨਾਲ ਦੂੰਦਾ ਹੋ, ਦੂੰਦਾ ਹੋਣ ਵਾਲਾ, ਕਿਉਂਕਿ ਦੂੰਦਾ ਹੀ ਕੁਰਬਾਨੀ ਤੇ ਲੱਗਦਾ ਤਕਰੀਬਨ। ਅਜੇ ਈਦ ਉਲ ਅਜ਼ਹਾ ਦੇ ਵੀ ਕੁਛ ਦਿਨ ਰਹਿੰਦੇ ਤੇ ਇਨਸ਼ਾਅੱਲਾ ਕੁਰਬਾਨੀ ਤੇ ਕਨਫਰਮ ਲੱਗਦਾ, ਕੁਰਬਾਨੀ ਵਾਸਤੇ ਬਿਲਕੁਲ ਤਿਆਰ ਹੈ। ਬਾਕੀ ਮਾਸ਼ਾਅੱਲਾ ਮੋਟਾ ਤਾਜ਼ਾ ਤੇ ਸੌਖਾ ਤੁਹਾਡੇ ਸਾਹਮਣੇ, ਕੱਦ ਵੀ ਸੋਹਣਾ ਇਸ ਹੋ ਗਿਆ, ਵੇਲ ਸੋਹਣੀ ਇਸ ਤੋਂ, ਛੋਟੇ ਛੋਟੇ ਸਿੰਘ ਇਸ ਹੋ ਗਏ, ਬਿਲਕੁਲ ਬਾਈ ਛੇੜਾ ਪਾਈ ਖਲਾ ਦੁੰਦਾ ਹੋਵਾਂ ਨਾਲ ਆ ਗਿਆ। ਤੇ ਕਿਸੇ ਦੋਸਤ ਦੀ ਅਗਰ ਡਿਮਾਂਡ ਹੋਵੇ ਕੋਈ ਬੱਚੇ, ਇਹ ਬੱਚੇ ਇਨਸ਼ਾਅੱਲਾ ਅੱਗੇ ਕਈਆਂ ਦੋਸਤਾਂ ਨੇ ਫਰਮਾਇਸ਼ ਕੀਤੀ ਵੀ ਹੈ ਤੇ ਮਜ਼ੀਦ ਦੋਸਤਾਂ ਦੀ ਡਿਮਾਂਡ ਦੇ ਮੁਤਾਬਿਕ ਹੋਰ ਵੀ ਦਿਖਾਉਂਦੇ ਰਹਾਂਗੇ ਇਨਸ਼ਾਅੱਲਾ। ਇਨਸ਼ਾਅੱਲਾ ਹਰ ਵੀਡੀਓ ਦੇ ਵਿੱਚ ਬੱਚੇ ਵੀ ਅਸੀਂ ਵਿਖਾਏ ਕਰਾਂਗੇ, ਕਿਉਂਕਿ ਕੁਝ ਦੋਸਤਾਂ ਦੀ ਫਰਮਾਇਸ਼ ਆ ਰਹੀ ਹੈ। ਠੀਕ ਹੈ, ਬੱਚੇ ਵੀ ਦਿਓ। ਇਹਦੀ ਕੀਮਤ ਕਿੰਨੀ ਪੈਣੀ? ਇਹਦੀ ਕੀਮਤ ਜਿਹੜੀ ਬਾਈ ਫਾਈਨਲ 85,000 85,000 ਰੁਪਿਆ ਦੋਸਤੋ ਇਹਦੀ ਕੀਮਤ, ਛੇਰਾ ਪਾਈ ਖਲਾ ਦੁੰਦਾ ਹੋਣ ਵਾਲਾ। ਮਾਸ਼ਾਅੱਲਾ ਮੋਟਾ ਤਾਜ਼ਾ, ਅਗਰ ਕੋਈ ਦੋਸਤ ਸਾਡਾ ਪਸੰਦ ਕਰਦਾ ਨਾ ਈਦ ਉਲ ਅਜ਼ਹਾ ਵਾਸਤੇ, ਇਹ ਬਿਲਕੁਲ ਪਰਫੈਕਟ ਜੀ। ਬਸ ਅਗਰ ਵੈਸੇ ਵੀ ਕੋਈ ਸ਼ੌਕੀਆ ਜਾਂ ਵਾੜੇ ਵਾਸਤੇ ਵੀ ਲੈਣਾ ਚਾਹੇ ਤਾਂ ਮਾਸ਼ਾਅੱਲਾ ਖੂਬਸੂਰਤ ਹੈ, ਬੋਲ ਤਿਆਰ ਕਰਨ ਵਾਸਤੇ। ਹਾਂਜੀ, ਬੋਲ ਅਗਰ ਕੋਈ ਨਸਲ ਵਾਸਤੇ ਲੈਣਾ ਚਾਹੁੰਦਾ ਤਾਂ ਉਹ ਵੀ ਇਨਸ਼ਾਅੱਲਾ ਇਹ ਤਿਆਰ ਹੈ। ਪਿਆਰ ਦੇਖ ਰਹੇ ਹੋ ਖੁਦ ਤੁਸੀਂ, ਮਤਲਬ ਕਿ ਸੌਖਾ ਮੋਟਾ ਤਾਜ਼ਾ ਹੈ। ਠੀਕ ਹੈ, ਦੂਸਰੇ ਨੰਬਰ 'ਤੇ ਲੈ ਆਵੋ, ਦੂਸਰਾ ਬੱਚਾ ਲਾਇਆ ਜੀ। ਅੱਛਾ ਦੋਸਤੋ, ਦੂਸਰੇ ਨੰਬਰ 'ਤੇ ਤੁਹਾਨੂੰ ਬੱਚਾ ਦਿਖਾ ਰਹੇ ਹਾਂ, ਇਹ ਈਦ ਉਲ ਅਜ਼ਹਾ ਵਾਸਤੇ ਤਾਂ ਨਹੀਂ ਲੱਗਦਾ, ਲੇਕਿਨ ਵੈਸੇ ਅਗਰ ਕੋਈ ਸ਼ੌਕੀਆ ਘਰ ਵਾਸਤੇ ਰੱਖਣਾ ਚਾਹੁੰਦਾ, ਕਿਉਂਕਿ ਦੋਸਤਾਂ ਨੇ ਫਰਮਾਇਸ਼ ਕੀਤੀ ਸੀ ਕਿ ਸਾਨੂੰ ਕੋਈ ਨਾ ਛੋਟੇ ਬੱਚੇ ਵੀ ਦਿਖਾਓ, ਜਿਹੜੇ ਵੀ ਜਾਨਵਰ ਹਨ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਕੀਤੇ ਨੇ, ਤੇ ਇਹਦਾ ਹੀ ਮਾਸ਼ਾਅੱਲਾ ਮੋਟਾ ਤਾਜ਼ਾ ਜੇ, ਕਿੰਨਾ ਕਿਹਦਾ ਵਜ਼ਨ ਹੋਏਗਾ ਬਈ? ਵਜ਼ਨ ਤਕਰੀਬਨ ਇਹਦਾ 2.5 ਮਣ ਹੋਏਗਾ, ਤਕਰੀਬਨ 1.5 ਤੋਂ 2.5 ਮਣ ਵਜ਼ਨ ਹੈ। ਤੇ ਉਮਰ ਕਿੰਨੀ ਕੇ ਦੀ ਗਈ ਹੈ? ਇਹਦੀ ਉਮਰ ਜੀ ਹਾਲੇ ਤੇ 5 ਮਹੀਨਿਆਂ ਦੇ, ਮੇਰੀ ਗਾਂ ਦੇ ਥੱਲੇ ਗਿਆ। ਅੱਛਾ, ਦੁੱਧ ਚੋਦਾ ਪੀਂਦਾ? ਹਾਲੇ ਤੱਕ ਦੁੱਧ ਚੁਗਦਾ ਪਿਆ ਗਿਆ, ਦੁੱਧ ਗਾਂ ਦੇ ਥੱਲੇ ਮੇਰੀ ਖਾਂਦਾ ਹੈਗਾ। ਘਰ ਦਾ ਬੱਚਾ ਇਹਨੇ ਤੇ 5-1 ਮਹੀਨੇ ਤੋਂ 6 ਮਹੀਨੇ ਦਾ ਹੈ ਬੱਚਾ? ਨਹੀਂ ਜੀ, 5 ਮਹੀਨੇ ਕੀ ਲਿਆ ਰਹੇ, ਗਾਂ ਮੇਰੇ ਕੋਲ ਆ ਸਾਹਮਣੇ ਨਹੀਂ ਖਲੀ। ਚਲੋ 5 ਮਹੀਨੇ ਤਾਂ ਦੋਸਤੋ ਕਹਿ ਰਹੇ ਹਨ, ਬਾਕੀ ਮਾਸ਼ਾਅੱਲਾ ਅਗਰ ਬਾਕੀ ਭਾਈ ਆ ਪੁੱਛ ਵੇ ਕੇ ਨਾ ਘਰ ਦਾ ਵਾ ਉਹਦੇ ਕਿਆ, ਮੈਂ ਨਾ ਮਤਲਬ ਇਹ ਕਿੰਨੀ ਨਾਲ ਡੱਗੇ ਤੋਂ ਦਿਨਾਈ ਸੀ ਗਾਂ ਇਹ ਗਾਂ ਰੱਖਣਾ ਹੈ, ਪਰ ਕੋਈ ਦੋਸਤਾਂ ਦੀ ਫਰਮਾਇਸ਼ ਆਈ ਵੀ ਭਾਈ ਨਵਾਜ਼ ਇੱਕ ਤੁਹਾਡੇ ਕੋਲ ਬੱਚਾ ਨਜ਼ਰ ਆਇਆ ਕੈਮਰੇ 'ਚ ਤੇ ਉਹ ਸਾਨੂੰ ਵਿਖਾਉਣਾ ਗਿਆ। ਕੀਮਤ ਦੱਸ, ਕੀਮਤ ਦੱਸੋ ਜੀ। ਕੀਮਤ ਇਹਦੀ ਬਾਈ 45,000 ਰੁਪਇਆ। 45,000 ਰੁਪਇਆ? ਹਾਂਜੀ, 45 ਤਾਂ ਕੋਈ ਹੈ ਇਹਦੇ 'ਚ ਕਮੀ ਪੇਸ਼ੀ? ਇਹ ਜਿਸ ਤੇ ਬੋਰਡ ਬਣਨਾ ਹੈ, ਆ ਜਿਹੜੀ ਕੱਦ 6 ਫੁੱਟ ਦੀ, ਇਸ ਤੋਂ ਉੱਚਾ ਬਣਨਾ ਹੈ। ਠੀਕ ਹੈ ਦੋਸਤੋ, ਜਾਨਵਰ ਤੁਹਾਨੂੰ ਦਿਖਾਏ, 6 ਜਾਨਵਰ ਸਨ ਇਹਨਾਂ ਦੇ ਕੋਲ, 2 ਗਾਵਾਂ, 2 ਮੱਝਾਂ ਤੇ 2 ਹੀ ਵਛੜੇ। ਹਾਂ ਤੇ ਆ 2 ਬੱਕਰੀਆਂ ਵਿਖਾ ਦੇਣੇ ਉਸ ਤੋਂ ਬਾਅਦ। ਹਾਂਜੀ, ਆ ਬੱਕਰੀਆਂ ਵੀ ਚਲੋ ਦਿਖਾ। ਅੱਛਾ ਦੋਸਤੋ, ਆ 2 ਬੱਕਰੀਆਂ ਜੇ ਹੈ ਤਾਂ ਛੋਟੀਆਂ ਛੋਟੀਆਂ, ਬਾਈ ਨਵਾਜ਼ ਨੂੰ ਕਿਸੇ ਦੋਸਤ ਨੇ ਫਰਮਾਇਸ਼ ਕੀਤੀ ਸੀ। ਚਲੋ ਇੱਕ ਨਾਲ ਇਹ ਵੀ ਤੁਹਾਨੂੰ ਟ੍ਰੈਂਡ ਦਿਖਾ ਦਈਏ ਕਿ ਅਗਰ ਕਿਸੇ ਨੂੰ ਬੱਕਰੀਆਂ ਵੀ ਚਾਹੀਦੀਆਂ ਹੋਣ ਤਾਂ ਉਹ ਵੀ ਮਿਲ ਜਾਣਗੀਆਂ, ਬੱਕਰੇ ਜਾਂ ਬੱਕਰੀਆਂ, ਮਤਲਬ ਇਹ ਤਾਂ ਛੋਟੀਆਂ ਹਨ, ਲੇਕਿਨ ਅਗਰ ਕਿਸੇ ਨੂੰ ਵੱਡੀਆਂ ਚਾਹੀਦੀਆਂ ਹੋਣ, ਕੋਈ ਬੱਕਰਾ ਚਾਹੀਦਾ ਹੋਵੇ ਕੁਰਬਾਨੀ ਵਾਸਤੇ, ਤੇ ਅਸੀਂ ਇਨਸ਼ਾਅੱਲਾ ਤੁਹਾਨੂੰ ਉਹ ਜ਼ਰੂਰ ਤੁਹਾਡੀ ਡਿਮਾਂਡ ਪੂਰੀ ਕਰਾਂਗੇ। ਇਹਦੀ ਕਿਸ ਹਿਸਾਬ ਦੀਆਂ ਨੂੰ ਮੈਨੂੰ ਦੱਸੋ ਨਾ? ਇਹ ਘਰ ਦੀਆਂ ਦੇਸੀ ਬੱਕਰੀ ਦੀਆਂ ਨੇ, ਸਾਡੀਆਂ ਘਰ ਦੀਆਂ ਬੱਕਰੀਆਂ ਨੇ, ਦੇਸੀ ਬੱਕਰੀ ਨਸਲ ਦੀਆਂ ਨੇ। ਹਾਂਜੀ ਦੋਨੇ, ਤੇ ਉਮਰ ਕਿੰਨੀ ਕਿੰਨੀ ਇਹਨਾਂ ਦੀ? ਉਮਰ ਇਹਨਾਂ ਦੀ ਮਸੇ ਹੋਣੀ ਜੀ 4-4 ਮਹੀਨੇ। 4-4 ਮਹੀਨੇ ਦੇ? ਕਿੰਨੇ ਪੈਸੇ ਨੇ ਇਹਦੇ ਦੋਨਾਂ ਦੇ? ਇਹ ਦੋਵਾਂ ਦਾ ਜੀ 30,000 ਰੁਪਇਆ। ਦੋਨਾਂ ਦਾ 30,000 ਫਾਈਨਲ ਰੇਟ। ਇਹਦਾ ਇਕੱਲੀ ਦਾ ਕਿੰਨਾ ਹੈ? ਇਕੱਲੀ ਦਾ 10,000। ਉਹਦਾ 10 ਤੇ 20,000 ਦੀ ਹੈ, ਕੋ ਗੁੰਜਾਇਸ਼ ਕਰ, ਬੱਕਰੀਆਂ ਛੋਟੀਆਂ ਛੋਟੀਆਂ ਤੂੰ ਤਾਂ ਗੁੰਜਾਇਸ਼ ਕਰਕੇ ਤੇ ਦੋਵਾਂ ਦਾ ਜਿਹੜਾ ਹੈਗਾ 25,000 ਹੋ ਗਿਆ ਜੀ। 25,000 ਰੁਪਇਆ ਦੋਨਾਂ ਦਾ। ਚਲੋ ਅਗਰ ਕਿਸੇ ਦੋਸਤ ਨੂੰ ਪਸੰਦ ਆਉਂਦੀਆਂ ਨੇ, 6-2 8 ਜਾਨਵਰ ਤੁਹਾਨੂੰ ਦਿਖਾਏ ਨੇ, ਜਿਹਦੇ ਵਿੱਚ ਗਾਵਾਂ, ਮੱਝਾਂ ਤੇ ਬੈਂਸ, ਆਪਣਾ ਬੱਚੇ ਤੇ 2 ਬੱਕਰੀਆਂ ਤੇ ਐਜ਼ ਅ ਸੈਂਪਲ ਤੁਹਾਨੂੰ ਦਿਖਾਈਆਂ ਨੇ। ਤੇ ਅਗਰ ਕਿਸੇ ਦੋਸਤ ਬਾਈ ਨੂੰ ਪਸੰਦ ਆਉਂਦੀਆਂ ਨੇ, ਪਸੰਦ ਕਰਕੇ ਕਿਹੜਾ ਨਾ ਨੰਬਰ ਨੰਬਰ ਸਾਡਾ ਨੰਬਰ ਹੈ ਜੀ, ਮੇਰਾ ਨੰਬਰ ਹੈ 0344-7729-719 ਜੀ। ਇਹ ਮੇਰਾ ਵਟਸਐਪ ਦਾ ਨੰਬਰ ਵੀ ਹੈਗਾ, ਤੇ ਦੂਸਰਾ ਨੰਬਰ ਹੈ ਜੀ ਮੇਰਾ 0343-7484-513 ਜੀ। ਤੇ ਵਟਸਐਪ ਦਾ ਨੰਬਰ ਹੈ ਜੀ ਮੇਰਾ 44 ਵਾਲਾ, ਤੇ ਮੇਰਾ ਨਾਂ ਦਾ ਨਾਲ ਹੀ ਮਾਰੋ। ਠੀਕ ਹੋ ਗਿਆ, ਠੀਕ ਹੈ ਦੋਸਤੋ, ਬਾਕੀ ਇਨਸ਼ਾਅੱਲਾ ਡੇਲੀ ਬੇਸਿਸ ਤੇ ਵੀਡੀਓ ਬਣਾ ਰਹੇ ਹਾਂ, ਅੱਲਾਹ ਪਾਕ ਸਾਹਿਬ ਨੂੰ ਆਪਣੇ ਹਿਫਜ਼ੋ ਮਾਣੇ ਰੱਖੇ। ਠੀਕ ਹੈ, ਨਾਰਾ ਕਿਹੜਾ ਦੱਸ ਰਹੇ ਹੋ? ਆਰਮੀ ਦਾ ਪਾਕਿਸਤਾਨ ਆਰਮੀ ਦੇ ਬਾਰੇ ਨਾਰਾ ਕਿਹੜਾ? ਪਾਕਿਸਤਾਨ ਜ਼ਿੰਦਾਬਾਦ ਤੇ ਪਾਕ ਆਰਮੀ ਪਾ ਜ਼ਿੰਦਾਬਾਦ।